ਨਹੀਂ ਹੋਰ ਕੀ ਮਸਲਾ ਵਾ ਜੀ, ਜਿਹੜਾ 21 ਤਰੀਕ ਤੋਂ ਗੋਲੀ ਮਾਰ ਦਿਓ ਜਿਹਦੇ ਮਾਰਨੀ ਆ ਤੁਸੀਂ। ਤੁਹਾਨੂੰ ਪਤਾ ਇਲੈਕਸ਼ਨ ਚੱਲ ਰਹੀ ਆ ਜੀ, ਇੱਥੇ ਬਾਈ ਇਲੈਕਸ਼ਨ ਚੱਲ ਰਹੀ ਆ। ਸਾਨੂੰ 25 ਜਗ੍ਹਾ ਤੋਂ ਆਏ ਹੋਏ ਨੇ ਮੁਕੱਦਮੇ ਵਾਲੇ, ਕੋਈ ਅੰਮ੍ਰਿਤਸਰ ਤੋਂ ਪੁਲਿਸ ਆਈ ਹੋਈ ਆ, ਕੋਈ ਤੁਸੀਂ ਗੁਰਦਾਸਪੁਰ ਤੋਂ ਭੇਜੀ ਹੋਈ ਆ, ਕੋਈ ਰੋਪੜ ਤੋਂ ਭੇਜੀ। ਕਾਹਦਾ ਮੁਕੱਦਮਾ ਜੀ? ਤੁਸੀਂ ਇਹਨਾਂ ਨੂੰ 21 ਤਰੀਕ ਨੂੰ ਢਾਉਣਾ, ਇਹਨਾਂ ਨੂੰ ਇਹਨਾਂ ਦੀ ਜ਼ਮਾਨਤ ਜ਼ਬਤ ਕਰਾਉਣੀ ਆ ਕਾਂਗਰਸ ਦੀ ਇੱਥੋਂ, ਅਤੇ ਮੁੜ ਕੇ ਦੇਖਾਂਗੇ ਕਿਹੜੇ ਪਰਚੇ ਹੁੰਦੇ ਆ, ਬਾਅਦ ਸਾਰੇ ਨਿਬੜ ਲਾਂਗੇ ਹਾਈਕੋਰਟ ਰਾਹੀਂ ਜਾ ਕੇ। ਅਸੀਂ ਕਾਂਗਰਸੀ ਵਰਕਰ ਦੀ ਪੱਗ ਮੰਤਰੀ ਨੇ ਲਾਈ ਆ 2 ਦਿਨ ਪਹਿਲਾਂ, ਇਹਦੇ ਖਮਿਆਜ਼ੇ ਕੁਦਰਤ ਇਹਨਾਂ ਇਹ ਭੁਗਤ ਰਹੇ ਨੇ ਨਾਲੇ, ਹਜੇ ਕੁਦਰਤ ਇਹ ਕੁਦਰਤ ਤੋਂ ਡਰ ਨਹੀਂ ਰਹੇ। ਲਾ ਲਿਆ ਜੀ ਮੈਂ, ਕੋਈ ਨਾ ਅਸੀਂ ਕਰਾਂਗੇ, ਪਰ ਬੰਦਾ ਨਹੀਂ ਜਾਣ ਦੇਣਾ, ਕਿਉਂਕਿ ਬੰਦਾ ਨਹੀਂ ਜਾਊਗਾ ਜੀ। ਆ ਤੁਹਾਡੇ ਇਹਨਾਂ ਨੂੰ ਕਹੋ ਤਾਂ ਵੱਧ ਜਾਓ। ਨਹੀਂ ਨਹੀਂ, ਮਾੜੀ ਮੋਟੀ ਇਨਸਾਨੀਅਤ ਵੀ ਹੁੰਦੀ ਆ, ਮਾੜੀ ਮੋਟੀ ਇਨਸਾਨੀਅਤ ਵੀ ਹੁੰਦੀ ਆ। ਮੇਰੇ ਨਾਲ ਮੇਰਾ ਲਾਈਵ ਕਰਾਇਆ ਹੈਲੋ, ਸਤਿ ਸ਼੍ਰੀ ਅਕਾਲ ਜੀ। ਦੱਸੋ ਜੀ ਕੀ ਮੈਟਰ ਆ ਜੀ, ਇੱਥੇ ਇਲੈਕਸ਼ਨ ਲੜ ਰਹੇ ਹਾਂ ਅਸੀਂ, ਤੁਸੀਂ ਸਾਰੇ ਪੰਜਾਬ ਦੀ ਪੁਲਿਸ ਲੱਗੇ ਹਾਂ ਸਾਡੇ ਵਰਕਰਾਂ ਦੇ ਮਗਰ। ਨਹੀਂ ਹੋਰ ਕੀ ਮਸਲਾ ਵਾ ਜੀ, ਜਿਹੜਾ 21 ਤਰੀਕ ਤੋਂ ਗੋਲੀ ਮਾਰ ਦਿਓ ਜਿਹਦੇ ਮਾਰਨੀ ਆ ਤੁਸੀਂ। ਤੁਹਾਨੂੰ ਪਤਾ ਇਲੈਕਸ਼ਨ ਚੱਲ ਰਹੀ ਆ ਜੀ, ਇੱਥੇ ਬਾਈ ਇਲੈਕਸ਼ਨ ਚੱਲ ਰਹੀ ਆ। ਸਾਨੂੰ 25 ਜਗ੍ਹਾ ਤੋਂ ਆਏ ਹੋਏ ਨੇ ਮੁਕੱਦਮੇ ਵਾਲੇ, ਕੋਈ ਅੰਮ੍ਰਿਤਸਰ ਤੋਂ ਪੁਲਿਸ ਆਈ ਹੋਈ ਆ, ਕੋਈ ਤੁਸੀਂ ਗੁਰਦਾਸਪੁਰ ਤੋਂ ਭੇਜੀ ਹੋਈ ਆ, ਕੋਈ ਰੋਪੜ ਤੋਂ ਭੇਜੀ। ਕਾਹਦਾ ਮੁਕੱਦਮਾ ਜੀ? ਹੱਦ ਹੋ ਗਈ ਯਾਰ, ਕਮਾਲ ਦੀ ਗੱਲ। ਨਹੀਂ ਨਹੀਂ, ਪਰਚਾ ਕਦੋਂ ਦਰਜ ਹੋਇਆ ਹੈ? ਚਲੋ ਅਸੀਂ ਉਸ ਤੋਂ ਬਾਅਦ ਪੇਸ਼ ਕਰਾਵਾਂਗੇ, ਕਿਸੇ ਨੇ ਨਹੀਂ ਆਉਣਾ ਹੈਗਾ ਜੀ, ਅਸੀਂ ਸਾਰੇ ਇਲੈਕਸ਼ਨ 'ਚ ਕੰਮ ਕਰ ਰਹੇ ਹਾਂ। ਨਹੀਂ ਮੈਂ ਲਾਈਵ ਕਰ ਰਿਹਾ ਜੀ ਸਾਰਾ ਕੁਛ, ਸਾਰੇ ਬੰਦੇ ਲਾਈਵ ਆ, ਮੇਰੇ ਨਾਲ ਬੰਦੇ ਖੜ੍ਹੇ ਆ ਸੀ ਤਾਂ ਸਾਰੇ। ਨਹੀਂ ਫਿਰ ਕੋਈ ਨਹੀਂ, ਜੇ ਤੁਸੀਂ ਲੈ ਕੇ ਜਾ ਸਕਦੇ ਦੇਖ ਲਓ, ਜੇ ਲਿਜਾ ਸਕਦੇ ਨੇ। ਨਹੀਂ ਫਿਰ ਐਂ ਥੋੜ੍ਹੀ ਲਿਆਉਣ ਦੇਵਾਂਗੇ ਜੀ, ਅਸੀਂ ਨਹੀਂ ਲਿਆਉਣ ਦੇਣਾ ਬੰਦੇ ਨੂੰ। ਕੋਈ ਨਹੀਂ, ਅਸੀਂ ਕਰ ਰਹੇ ਹਾਂ ਸਾਰਾ ਪ੍ਰੋਟੈਸਟ ਕਰ ਰਹੇ ਹਾਂ ਜੀ, ਪ੍ਰੈਸ ਕਾਨਫਰੰਸ ਵੀ ਕਰ ਰਹੇ ਹਾਂ, ਸਾਰਾ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਵੀ ਕਰ ਰਹੇ ਹਾਂ ਅਸੀਂ। ਲਾ ਲਿਆ ਜੀ ਮੈਂ, ਕੋਈ ਨਹੀਂ ਅਸੀਂ ਕਰਾਂਗੇ, ਬੰਦਾ ਨਹੀਂ ਜਾਣ ਦੇਣਾ, ਕਿਉਂਕਿ ਬੰਦਾ ਨਹੀਂ ਜਾਊਗਾ ਜੀ। ਆ ਤੁਹਾਡੇ ਇਹਨਾਂ ਨੂੰ ਕਹੋ ਤਾਂ ਵੱਧ ਜਾਓ, ਬੰਦਾ ਨਹੀਂ ਆਏ ਜਾਣਾ। ਕੋਈ ਨਹੀਂ, ਅਸੀਂ ਸਾਡੇ ਕੋਲ 500 ਬੰਦਾ ਇਕੱਠਾ ਇਸੇ ਕੰਮ ਲਈ ਆ, ਕੋਈ ਨਹੀਂ ਜਿੱਥੇ ਆਉਣਗੇ ਅਸੀਂ ਘਰਾਓ ਕਰਾਂਗੇ, ਹੁਣ ਪੁਲਿਸ ਜਿਹੜੀ ਵੀ ਆਊਗੀ। 3 ਦਿਨ ਕੋਈ ਨਹੀਂ, ਅਸੀਂ ਵੀ ਐਂ ਤਕੜੇ ਹੋ ਗਏ, ਇਹਦੀ ਲੜਾਈ ਲੜਨੀ ਜਾਣਦੇ ਸਰਕਾਰ ਦੇ ਨਾਲ। ਹਾਂ ਕੋਈ ਜ਼ੋਰ ਲਾ ਲਿਓ ਜਿੰਨਾ ਲਾਉਣਾ, ਕੋਈ ਗੱਲ ਨਹੀਂ। ਹਾਂਜੀ ਜਾਓ ਜਿਹੜੇ ਜਾਂ ਤੂੰ ਚੱਲ ਘਰ ਬੈਠ ਅੰਦਰ, ਘਰ ਬੈਠ ਅੰਦਰ ਵੀਰੇ। ਬਿੰਦਾ ਮੇਰੇ ਕੋਲ ਖੜਾ ਲੈ ਜਾਓ, ਤੇਰੇ ਇਹਦੇ ਕੋਲ ਪਰਚਾ ਦਰਜਾ, ਇਹਨੂੰ ਲੈ ਕੇ ਆਹ ਘਰ ਬਸ ਆ ਕੇ ਲੈ ਜਾਓ। ਠੀਕ ਹੈ, ਕੀ ਮੈਟਰ? ਐਵੇਂ ਝੂਠੇ ਪਰਚੇ ਦੇ, ਕਦੇ ਕਿੱਥੋਂ ਪੁਲਿਸ ਆਉਂਦੀ ਹੈ, ਕਦੇ ਕਿੱਥੋਂ ਪੁਲਿਸ ਆਉਂਦੀ ਆ। ਕਿਸੇ ਨੂੰ ਡਰਨ ਦੀ ਲੋੜ ਨਹੀਂ, ਕਿਸੇ ਵਰਕਰ ਨੂੰ ਘਬਰਾਉਣ ਦੀ ਲੋੜ ਨਹੀਂ, 3 ਦਿਨ ਰਹਿੰਦੇ ਨੇ। ਹੰਭ ਲੈਣ ਦਿਓ ਸਰਕਾਰ ਨੂੰ, ਇਹ ਕੈਪਟਨ ਢਾਉਣੇ ਆ ਦੋਨੇ ਹੀ, ਕੈਪਟਨ ਅਮਰਿੰਦਰ ਵੀ ਨਾਲ, ਆ ਜਿਹੜਾ ਜਾਅਲੀ ਕੈਪਟਨ ਹੈ ਇਹ ਵੀ, ਇਹਨਾਂ ਨੇ ਜੀਣਾ ਹਰਾਮ ਕੀਤਾ ਪਿਆ। 3 ਦਿਨ ਹੋ ਗਈ ਪੁਲਿਸ, ਸਾਰੀ ਪੁਲਿਸ ਸਾਡੇ ਵਰਕਰਾਂ ਨੂੰ ਡਰਾਉਣ ਲੱਗੀ ਹੋਈ ਆ। ਪਰ ਮੈਂ ਧੰਨਵਾਦੀ ਹਾਂ ਸਾਡੇ ਵਰਕਰਾਂ ਦਾ, ਦਾਅ ਦਿੰਦਾ ਮੈਂ ਉਹਨਾਂ ਸਾਰੇ ਵਰਕਰਾਂ ਦਾ, ਕਿ ਜਿਹੜੇ ਇਹਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਸਭ ਡਟੇ ਹੋਏ ਨੇ। ਸਵੇਰ ਦੇ 2-3 ਵਰਕਰਾਂ ਨੂੰ ਲੈ ਕੇ ਉਹ ਵੀ ਛਡਾਏ ਨੇ ਅਸੀਂ। ਸੋ ਜੋ ਜ਼ੋਰ ਲਾਉਣਾ ਲਾ ਲੈਣ, ਸਾਰੀ ਸਰਕਾਰ ਜ਼ੋਰ ਲਾ ਲਵੇ, ਤਕੜੇ ਹੋ ਜਾਓ। ਤੁਸੀਂ ਇਹਨਾਂ ਨੂੰ 21 ਤਰੀਕ ਨੂੰ ਢਾਉਣਾ, ਇਹਨਾਂ ਨੂੰ ਇਹਨਾਂ ਦੀ ਜ਼ਮਾਨਤ ਜ਼ਬਤ ਕਰਾਉਣੀ ਆ ਕਾਂਗਰਸ ਦੀ ਇੱਥੋਂ, ਅਤੇ ਮੁੜ ਕੇ ਦੇਖਾਂਗੇ ਕਿਹੜੇ ਪਰਚੇ ਹੁੰਦੇ ਆ, ਬਾਅਦ ਸਾਰੇ ਨਿਬੜ ਲਾਂਗੇ ਹਾਈਕੋਰਟ ਰਾਹੀਂ ਜਾ ਕੇ ਅਸੀਂ, ਕਿਉਂਕਿ ਇੱਥੇ ਇਨਸਾਨੀਅਤ ਦਾ ਘਾਣ ਹੋ ਰਿਹਾ। ਇੱਥੇ ਕਾਂਗਰਸੀ ਵਰਕਰ ਦੀ ਪੱਗ ਮੰਤਰੀ ਨੇ ਲਾਈ ਆ 2 ਦਿਨ ਪਹਿਲਾਂ, ਇਹਦੇ ਖਮਿਆਜ਼ੇ ਕੁਦਰਤ ਇਹਨਾਂ ਇਹ ਭੁਗਤ ਰਹੇ ਨੇ ਨਾਲੇ, ਹਜੇ ਕੁਦਰਤ ਇਹ ਕੁਦਰਤ ਤੋਂ ਡਰ ਨਹੀਂ ਰਹੇ। ਅੱਤ ਤੇ ਖੁਦਾ ਦਾ ਵੈਰ ਹੁੰਦਾ, ਇਹਦੀ ਕੁਦਰਤ ਨੇ ਸਜ਼ਾ ਦੇਣੀ ਇਹਨਾਂ ਨੂੰ, ਉਹ ਸਜ਼ਾ ਦਊਗੀ ਕਿ ਇਹ ਆਪਦੇ ਦੇਖਦੇ ਰਹੇ। ਕਿਸੇ ਵਰਕਰ ਦੇ ਘਰੇ ਪੁਲਿਸ ਹੁੰਦੀ ਆ, ਮੈਨੂੰ ਫੋਨ ਕਰੋ, ਮੈਂ ਆਊਂਗਾ 5 ਮਿੰਟ ਦੇ ਵਿੱਚ। 400-500 ਬੰਦਾ ਅਸੀਂ ਤਾਂ ਇਕੱਠਾ ਕਰ ਰਹੇ ਹਾਂ ਹੁਣੇ, ਮੇਰੇ ਨਾਲ 20 ਗੱਡੀਆਂ ਜਦੋਂ ਪਹੁੰਚਣਗੀਆਂ ਅਸੀਂ ਦੇਖਦੇ ਕਿਹੜਾ ਹੱਥ ਨੂੰ ਫੜ ਕੇ ਲੈ ਜਾਂਦਾ ਪੁਲਿਸ ਵਾਲਾ। ਸੋ ਤਕੜੇ ਹੋ ਗਿਆ ਤਾਂ ਕੰਮ ਕਰੋ ਸਾਰੇ ਵਰਕਰ, 2 ਦਿਨ ਰਹਿ ਗਏ ਨੇ, ਕਿੰਨੇ ਕੁ ਨੂੰ ਫੜ ਲੈਣਗੇ, ਗੋਲੀ ਨਹੀਂ ਮਾਰਨਗੇ ਕਿਸੇ ਨੂੰ। ਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਡਟ ਕੇ ਸਾਰੇ ਵਰਕਰ, 3 ਦਿਨ ਕੰਮ ਕਰੋ ਸਾਰੇ, ਕੋਈ ਦਿੱਕਤ ਆਉਂਦੀ ਹੈ ਸਾਨੂੰ ਫੋਨ ਕਰੋ, ਅਸੀਂ 5 ਮਿੰਟ 'ਚ ਪਹੁੰਚਾਂਗੇ, ਸਾਡੀ ਫੌਜ ਪਹੁੰਚੂਗੀ ਜਦੀ ਉੱਥੇ। ਸੋ ਇਸ ਲਈ ਤਕੜੇ ਹੋ ਕੇ ਬਸ ਸਰਕਾਰ ਨਾਲ ਇਲੈਕਸ਼ਨ ਲੜ ਰਹੇ ਹਾਂ, ਇਤਿਹਾਸ ਲਿਖਿਆ ਜਾਣਾ ਵਾ 21 ਤਰੀਕ ਨੂੰ, ਕਿਉਂ ਵੀ ਸਰਕਾਰ ਨਾਲ ਇਲੈਕਸ਼ਨ ਲੜੀ ਸੀਗੀ। ਸੋ ਇਹ ਸਰਕਾਰ ਅੱਜ ਡਰੀ ਹੋਈ ਆ, ਸਰਕਾਰ ਦੀ ਜ਼ਮਾਨਤ ਜ਼ਬਤ ਹੋ ਰਹੀ ਆ। ਸੋ ਇਸ ਕਰਕੇ ਦਬਕੇ ਮਾਰਦੇ ਆ, ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਆ ਹੁਣੇ ਆਈ ਸੀ ਰੋਪੜ ਤੋਂ ਪੁਲਿਸ, ਇਹਨਾਂ ਨੂੰ ਵਾਪਸ ਮੋੜਿਆ ਮੈਂ ਹੁਣੇ, ਅਤੇ ਲੈ ਜਾਣਗੇ ਫੜ ਕੇ ਉਹ ਕੰਮ ਆ ਕੇ, ਉਹ ਕਹਿੰਦੇ ਫਲਾਨੇ ਵਰਕਰ ਦਾ ਕਰੋ ਮੇਰੇ ਕੋਲ ਲੈ ਆਏ, ਕਹਿੰਦੇ ਆ ਜਾਓ ਆ ਇੱਥੇ ਆ ਜਾਓ। ਸੋ ਜਿੱਥੋਂ ਮਰਜ਼ੀ ਪੁਲਿਸ ਆ ਜਾਵੇ, ਕਿਸੇ ਤੋਂ ਡਰਨ ਦੀ ਲੋੜ ਨਹੀਂ, ਮੈਂ ਤੁਹਾਨੂੰ ਫਿਰ ਕਹਿ ਰਿਹਾ, ਤਕੜੇ ਹੋ ਜਾਓ ਸਾਰੇ, ਅਸੀਂ ਤੁਹਾਡੇ ਨਾਲ ਖੜੇ ਹਾਂ, ਜਦੀ ਪਹੁੰਚਾਂਗੇ 10 ਮਿੰਟ ਦੇ ਵਿੱਚ। ਅੱਜ ਸਵੇਰੇ ਦੇ ਤਾਲ ਤੋਂ ਇੱਕ ਵਰਕਰ ਖੜਿਆ ਸੀ, ਉਹ ਵੀ ਛਡਾ ਕੇ ਲਿਆਂਦਾ ਹੁਣੇ। ਸੋ ਕੋਈ ਵੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ।